ਇਹਨਾਂ 50 ਸਾਲਾਂ ਦੇ ਵਿੱਚ ਸਿੱਖੀ 'ਚ ਇੰਨਾ ਨਿਗਾਰ ਕਿੱਦਾਂ ਆ ਗਿਆ, ਮੈਂ 3-4 ਮਿਸਾਲਾਂ ਤੁਹਾਨੂੰ ਦਊਂ। ਜ਼ਰੂਰ। ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਤੋਂ ਹੋਲਾ ਬਣਾਇਆ। ਬਿਲਕੁਲ। ਉਸੇ ਕੇਸਗੜ੍ਹ 'ਤੇ ਸਾਡੀਆਂ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਇਹ ਅਕਾਲ ਤਖ਼ਤ ਦੇ ਜਥੇ ਦੇ ਨਾਲ ਹੋਲੀ ਖੇਡ ਰਹੀਆਂ, ਔਰ ਹੋਲੀ ਵਾਲੇ ਦਿਨ ਖੇਡ ਰਹੀ ਹੋਲੀ ਵਾਲੇ ਦਿਨ ਖੇਡ ਰਹੀਆਂ। ਜੀ ਜੀ। ਇਹ ਮੈਸੇਜ ਕੀ ਜਾ ਰਿਹਾ ਕਿ ਅੱਗੇ ਤੋਂ ਕੇਸਗੜ੍ਹ ਹੋਲੀ ਖੇਡੀ ਜਾਇਆ ਕਰੋ, ਮੈਸੇਜ ਸਮਝਣ ਦੀ ਕੋਸ਼ਿਸ਼ ਕਰੋ। ਜੀ ਜੀ। ਹੁਣ ਅਸੀਂ 50 ਸਾਲਾਂ 'ਚ ਹੋਲੇ ਤੋਂ ਮੁੜ ਕੇ ਫਿਰ ਹੋਲੀ 'ਤੇ ਆ ਗਏ। ਇਹ ਵਿਦਵਾਨਾਂ ਦਾ ਕੰਮ ਸੀ। ਅਸੀਂ 50 ਸਾਲਾਂ 'ਚ ਪਿੱਛੇ ਨੂੰ ਮੁੜਿਆ ਏ, ਹੋਲੀ ਤੋਂ ਹੋਲੇ ਤੋਂ ਹੋਲੀ 'ਤੇ ਆ ਗਏ। ਦੂਸਰੇ ਬੰਨੇ ਸਾਡੀ ਲੋ ਜਿਹੜੇ ਪ੍ਰਚਾਰ ਦੀ ਗੱਲ, ਗੁਰੂ ਨਾਨਕ ਸਾਹਿਬ ਨੇ ਬਕਾਇਦਾ ਮਨੁ ਸਿਮਰਤੀ ਦਾ ਖੰਡਨ ਕੀਤਾ। ਜੀ। ਅੱਜ ਸਰਦਾਰ ਜਗਜੀਤ ਸਿੰਘ ਜੀ, ਤੁਸੀਂ ਚਲੋ ਹੁਣ ਮੈਂ ਨਾਂ ਨਹੀਂ ਲੈਂਦਾ, ਆਮ ਤੁਸੀਂ ਸਟੇਜਾਂ 'ਤੇ ਜਾ ਕੇ ਦੇਖੋ ਅਤੇ ਉੱਥੇ ਪ੍ਰਚਾਰ ਬ੍ਰਾਹਮਣਵਾਦ ਦਾ ਹੋ ਰਿਹਾ। ਉਹ ਪ੍ਰਚਾਰਕ ਜਿਹੜੇ ਆ, ਉੱਦਾਂ ਤਾਂ ਭਾਵੇਂ ਕਿਸੇ ਨੂੰ ਸਿੱਖ ਨੂੰ ਰਾਮ ਚੰਦਰ ਦਾ ਜਾਂ ਕ੍ਰਿਸ਼ਨ ਦੇ ਨਾਂ ਦਾ ਨਾਂ ਪਤਾ ਹੋਵੇ, ਅਤੇ ਸਾਡੇ ਪ੍ਰਚਾਰਕ ਹੀ ਚੇਤੇ ਕਰਾ ਰਿਹਾ। ਮੈਂ ਬੜਾ ਵਾਦ ਵਾਦ 'ਚ ਨਹੀਂ ਪੈਣਾ ਚਾਹੁੰਦਾ। ਜੀ 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 ਜੀ। 50 ਸਾਲਾਂ 'ਚ ਸਾਡੇ ਪ੍ਰਚਾਰ ਦਾ ਨਿਗਾਰ ਇੱਥੇ ਆ ਗਿਆ ਕਿ ਅਸੀਂ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿਧਾਂਤ ਦੀ ਥਾਂ ਬ੍ਰਾਹਮਣਵਾਦੀ ਪ੍ਰਚਾਰ ਕਰਨ ਲੱਗ ਪਏ। 50 ਸਾਲਾਂ 'ਚ ਅਸੀਂ ਇੱਥੇ ਆ ਗਏ। 50 ਸਾਲਾਂ 'ਚ ਯੂਨੀਵਰਸਿਟੀ ਬਣਦੀ ਹੈ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ। ਜੀ। ਬੜੀ ਵਧੀਆ ਗੱਲ ਸੀ, ਬੜੀ ਖੁਸ਼ੀ ਦੀ ਗੱਲ ਆ, ਬਣਨੀਆਂ ਚਾਹੀਦੀਆਂ। ਇਹਨਾਂ 50 ਸਾਲਾਂ ਦੇ ਵਿੱਚ ਉਸ ਗੁਰੂ ਨਾਨਕ ਯੂਨੀਵਰਸਿਟੀ ਦੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਸਤਿਗੁਰੂ ਰਾਮ ਸਿੰਘ ਦੇਹਧਾਰੀ ਦੀ ਜਿਹੜੀ ਚੇਅਰ ਆ ਉਹ ਸਥਾਪਿਤ ਕਰ ਦਿੱਤੀ ਜਾਂਦੀ ਹੈ। ਜੀ। ਯੂਨੀਵਰਸਿਟੀ ਗੁਰੂ ਨਾਨਕ ਅਤੇ ਉਹਦੇ 'ਚ ਚੇਅਰ ਸਥਾਪਿਤ ਹੁੰਦੀ ਸਤਿਗੁਰੂ ਰਾਮ ਸਿੰਘ ਦੀ ਔਰ ਜਿਹੜੀ ਇਹਦੇ ਨਾਲ ਹੀ ਆ ਕਿ ਸਾਡੇ ਵਿਦਵਾਨਾਂ ਨੇ ਦੇਖਣਾ ਕੀ ਸੀ, ਇਹਨਾਂ ਦਾ ਤੁਸੀਂ ਪੜ੍ਹੋ ਅਖਬਾਰ 'ਚ ਕਰ ਕੀ ਰਹੇ ਆ ਵੀ ਆਹ ਜਿਹੜਾ ਅਸੀਂ ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ, ਇਹਨੂੰ ਅਸੀਂ ਵਿਸ਼ਵ ਭਾਈਚਾਰੇ ਵਜੋਂ ਮਨਾਉਣਾ। ਜੀ। ਅਤੇ ਇਹਦੇ ਨਾਲ ਅਸੀਂ ਸਤਿਗੁਰੂ ਰਾਮ ਸਿੰਘ ਦਾ ਵੀ 200 ਸਾਲਾ ਜਨਮ ਦਿਨ ਮਨਾਉਣਾ, ਇਹ ਸਾਡੇ ਵਿਦਵਾਨਾਂ ਨੇ ਸੋਚਣਾ ਸੀ। ਕਿੱਥੇ ਗੱਲ ਆ ਗਈ, 50 ਸਾਲਾਂ 'ਚ ਇੰਨਾ ਨਿਗਾਰ ਆ ਗਿਆ। ਜੀ ਜੀ। ਕਿ ਨਾ ਗੁਰੂ ਨਾਨਕ ਦਾ ਅਤੇ ਜਨਮ ਦਿਨ ਮਨਾਉਣਾ ਦੇਹਧਾਰੀ ਗੁਰੂ ਦਾ, 50 ਸਾਲਾਂ 'ਚ ਸਾਡੇ 'ਚ ਇੱਕ ਨਿਗਾਰ। ਦੂਸਰਾ, ਸਾਡੇ ਅੰਦਰੋਂ ਗੈਰਤ ਅਣਖ ਇਹਨਾਂ 50 ਸਾਲਾਂ ਦੇ ਵਿੱਚ ਹੀ ਅਕਾਲ ਤਖ਼ਤ ਢੱਠਾ, ਇਹਨਾਂ 50 ਸਾਲਾਂ ਦੇ ਵਿੱਚ ਹੀ ਸਾਡੀ ਨਸਲਕੁਸ਼ੀ, ਦਿੱਲੀ ਸਮੂਹ ਕਤਲ ਇਲਾਮ ਹੋਇਆ, ਸਿੱਖ ਬੀਬੀਆਂ ਦੇ ਬਲਾਤਕਾਰ ਹੋਏ, ਇਹਨਾਂ 50 ਸਾਲਾਂ 'ਚ ਹੋਏ ਨਾ ਜੀ। ਜੀ ਜੀ ਜੀ। ਹੁਣ ਇਹਨੂੰ ਇਸ ਗੱਲ ਦਾ ਇਨਸਾਫ ਨਹੀਂ, ਇਹ ਹੱਕ ਲੈਣ ਲਈ ਵੀ ਸਾਡਾ ਤਾਂ ਭਾਈ ਸਾਡੇ ਨਾਲ ਇੱਦਾਂ ਹੋਈ ਹੈ। ਉਹ ਜਿਹੜਾ ਸੰਘਰਸ਼ ਸੀਗਾ ਸੰਤ ਜਰਨੈਲ ਸਿੰਘ ਵਾਲਾ, ਜਿਹਨੂੰ ਆਪਾਂ ਕਹਿੰਦੇ ਧਰਮ ਯੁੱਧ ਮੋਰਚਾ, ਹੁਣ ਜਗਜੀਤ ਸਿੰਘ ਜੀ ਮੈਨੂੰ ਦੱਸੋ ਵੀ ਉਸੇ ਪੰਜਾਬ ਦੇ ਵਿੱਚ ਇੰਦਰਾ ਗਾਂਧੀ ਦਾ ਬੁੱਤ ਲੱਗ ਜਾਂਦਾ, ਉਸੇ ਪੰਜਾਬ ਦੇ ਵਿੱਚ ਰਾਜੀਵ ਗਾਂਧੀ ਜਿਹਨੇ ਕਿਹਾ ਸੀ ਖੂਨ ਕਾ ਬਦਲਾ ਖੂਨ, ਜਾਂ ਬੜਾ ਪੀੜ ਕਰਤਾ ਹੈ ਤੋ ਧਰਤੀ ਹਿਲਤੀ ਹੈ, ਉਸੇ ਪੰਜਾਬ ਦੇ ਵਿੱਚ ਜਿਹੜਾ ਉਹ ਰਾਜੀਵ ਗਾਂਧੀ ਦਾ ਬੁੱਤ ਲੱਗ ਗਿਆ। ਉਸੇ ਪੰਜਾਬ 'ਚ ਬੇਅੰਤ ਸਿੰਘ ਨੇ ਬੁੱਚੜ ਕੇ ਪੀ ਐੱਸ ਗਿੱਲ ਦੇ ਨਾਲ ਰਲ ਕੇ ਪੂਰੀ ਸਿੱਖ ਨੌਜਵਾਨ ਪੀੜ੍ਹੀ ਦਾ ਕਤਲੇਆਮ ਕੀਤਾ, ਬੇਅੰਤ ਸਿੰਘ ਦਾ ਬੁੱਤ ਵੀ ਲੱਗ ਗਿਆ। ਇਹ ਸਭ ਕੁਛ 50 ਸਾਲਾਂ 'ਚ ਹੋਇਆ ਨਾ ਜੀ। ਜੀ 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 ਜੀ। ਅਤੇ ਜੇ ਸਾਡੇ ਵਿਦਵਾਨ ਬੁੱਧੀਜੀਵੀ ਜਾਂ ਜਿਹੜੇ ਸਾਡੇ ਪ੍ਰਚਾਰਕ ਆ, ਇੰਨਾ ਧੂੰਆਂਧਾਰ ਪ੍ਰਚਾਰ ਹੋ ਰਿਹਾ, ਕਦੇ ਸਰਦਾਰ ਜਗਜੀਤ ਸਿੰਘ ਜੀ ਕਦੇ ਇਹਦਾ ਲੇਖਾ ਜੋਖਾ ਕੀਤਾ ਕਿ ਇਹਨਾਂ 50 ਸਾਲਾਂ 'ਚ ਸਾਡੇ ਨਾਲ ਇੰਨਾ ਕੁਛ ਹੋ ਗਿਆ? ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।